ਅਸਲਾਮੁਅਲੈਕੁਮ ਗਾਇਸ ਅੱਜ ਦੀ ਵੀਡੀਓ ਸਾਡੀ ਹੈ ਆਮਲਾ ਰੀਠਾ ਸੀਕਾ ਕਾਈ ਪਾਊਡਰ ਤੇ ਇਸ ਪਾਊਡਰ ਨੂੰ ਯੂਜ਼ ਕਰਕੇ ਕਿਸ ਤਰ੍ਹਾਂ ਤੁਸੀਂ ਆਪਣੇ హెయిਰ ਨੂੰ ਲੰਮਾ گھਨਾ ਸਿਆ ਚਮਕਦਾਰ ਕਰ ਸਕਦੇ ਹੋ ਵੀਡੀਓ 'ਚ ਅੱਗੇ ਮਕਮਲ ਡਿਟੇਲ ਨਾਲ ਇਸ ਪਾਊਡਰ ਦਾ ਤੁਹਾਨੂੰ ਰਿਵਿਊ ਦਵਾਂਗੇ ਤੁਸੀਂ ਇਸ ਪਾਊਡਰ ਨੂੰ ਕਿਸ ਤਰ੍ਹਾਂ ਯੂਜ਼ ਕਰਕੇ ਆਪਣੇ ਚਿੱਟੇ హెయిਰ ਨੂੰ ਬਲੈਕ ਕਰ ਸਕਦੇ ਹੋ ਆਪਣੇ ਚਿੱਟੇ ਵਾਲਾਂ ਨੂੰ ਕਾਲਾ ਸਿਆ ਕਰ ਸਕਦੇ ਹੋ ਤੁਸੀਂ ਆਪਣੇ హెయిਰ ਨੂੰ ਕਮਜ਼ੋਰ హెయిਰ ਨੂੰ ਲੈਂਥੀ ਮੋਟਾ ਸਿਆ ਚਮਕਦਾਰ ਨਰਮੋ ਨਾਜ਼ਕ ਕਰ ਸਕਦੇ ਹੋ ਬੜੀ ਆਊਟ ਕਲਾਸ ਚੀਜ਼ ਆ ਲਰਾਇਬ ਕੰਪਨੀ ਦਾ ਯੂਨਾਨੀ ਦਵਾਈ ਆਮਲਾ ਰੀਠਾ ਸਿਕਾ gai ਪਾਊਡਰ ਇਸ ਪਾਊਡਰ ਨੂੰ ਯੂਜ਼ ਕਰਕੇ ਤੁਸੀਂ ਆਪਣੇ ਸਫੈਦ ਹੈਅਰ ਨੂੰ ਸਿਆਹ ਕਰ ਸਕਦੇ ਹੋ ਆਪਣੇ ਕਮਜ਼ੋਰ ਹੈਅਰ ਨੂੰ ਮੋਟਾ ਤਾਜ਼ਾ ਕਰ ਸਕਦੇ ਹੋ ਉਹਨਾਂ ਸਿਸਟਰਾਂ ਬਾਈਆਂ ਵਾਸਤੇ ਬੜੀ ਆਊਟ ਕਲਾਸ ਚੀਜ਼ ਆ ਜਿਹੜੇ ਹੈਅਰ ਕਲਰ ਯੂਜ਼ ਕਰਦੇ ਆ ਹੈਅਰ ਕਲਰ ਯੂਜ਼ ਕਰਨ ਦੇ ਨਾਲ ਉਹਨਾਂ ਦੇ ਹੈਅਰ ਕਮਜ਼ੋਰ ਹੋ ਗਏ ਹੈਅਰ ਡੈਮੇਜ ਹੋ ਜਾਂਦੇ ਜਾਂ ਲੇਡੀਜ਼ ਦੇ ਖਾਸ ਤੌਰ ਤੇ ਥੋੜੇ ਜਿਹਾ ਹੈਅਰ ਵਧਨ ਤੋਂ ਬਾਅਦ ਦੋ ਮੂਹੇ ਹੋ ਜਾਂਦੇ ਕੁੰਗਰਾਲੇ ਹੋ ਜਾਂਦੇ ਹੈਅਰ ਰਫ ਹੋ ਜਾਂਦੇ ਬਿਲਕੁਲ ਉਹਨਾਂ ਵਾਸਤੇ ਬੜੀ ਆਊਟ ਕਲਾਸ ਚੀਜ਼ ਆ ਇਸ ਪਾਊਡਰ ਦੇ ਯੂਜ਼ ਨਾਲ ਤੁਹਾਡੇ ਹੈਅਰ ਦੀ ਲੈਂਥ ਵਿੱਚ ਇਜ਼ਾਫਾ ਹੋਏਗਾ ਹੈਅਰ ਦੀ ਸ਼ਾਈਨਿੰਗ ਵਿੱਚ ਇਜ਼ਾਫਾ ਹੋਏਗਾ ਬਾਲਾਂ ਦੀ ਲੈਂਥ 'ਚ ਇਜ਼ਾਫਾ ਹੋਏਗਾ ਤੁਹਾਡੇ హెయిਰ ਗਨੇ ਸਿਆ ਚਮਕਦਾਰ ਹੋ ਜਾਣਗੇ ਦੂਸਰੇ ਨੰਬਰ ਤੇ ਤੁਹਾਡੇ ਵਾਈਟ ਹੈਅਰ ਨੂੰ ਬਿਲਕੁਲ ਸਿਆ ਕਰ ਦੇਗਾ ਜਿਸ ਤਰ੍ਹਾਂ ਤੁਸੀਂ ਹੈਅਰ ਕਲਰ ਯੂਜ਼ ਕਰਦੇ ਹੋ ਇਸੇ ਤਰ੍ਹਾਂ ਤੁਸੀਂ ਇਸ ਪਾਊਡਰ ਨੂੰ ਮਹਿੰਦੀ ਵਿੱਚ ਮਿਕਸ ਕਰਕੇ ਵੀ ਯੂਜ਼ ਕਰ ਸਕਦੇ ਹੋ ਤੁਸੀਂ ਇਸ ਪਾਊਡਰ ਨੂੰ ਵੀ ਯੂਜ਼ ਕਰ ਸਕਦੇ ਹੋ ਤੁਸੀਂ ਇਸ ਪਾਊਡਰ ਨੂੰ ਕਿਸ ਤਰ੍ਹਾਂ ਯੂਜ਼ ਕਰਨਾ ਵੀਡੀਓ 'ਚ ਅੱਗੇ ਮੁਕੰਮਲ ਡਿਟੇਲ ਨਾਲ ਰਿਵਿਊ ਦਵਾਂਗੇ ਵੀਡੀਓ 'ਚ ਅੱਗੇ ਵਧਣ ਤੋਂ ਪਹਿਲਾਂ ਜਿਹੜਾ ਸਿਸਟਰ ਭਾਈ ਮੇਰੇ ਚੈਨਲ ਤਰ੍ਹਾਂ ਮਾ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦੇ ਨਿਸ਼ਾਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਇਸ ਤਰ੍ਹਾਂ ਦੀਆਂ ਮਜ਼ੀਦ ਵੀਡੀਓ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਸਕਣ ਗਾਈਜ਼ ਅੱਜ ਵਾਲੀ ਵੀਡੀਓ ਸਾਡੀ ਹੈ ਯੂਨਾਨੀ ਦਵਾਈ ਪਲਾਰਾਇਬ ਕੰਪਨੀ ਦੀ ਆਮਲਾ ਰੀਠਾ ਸਿਕਾ ਕਾਈ ਪਾਊਡਰ ਤੇ 60 ਗ੍ਰਾਮ ਦਾ ਪੈਕ ਆ ਇਸ ਪੈਕਿੰਗ ਵਿੱਚ ਤੁਹਾਨੂੰ ਮਿਲ ਜਾਏਗਾ ਬੜੀ ਆਊਟ ਕਲਾਸ ਚੀਜ਼ ਆ ਆਮਲਾ ਰੀਠਾ ਸਿਕਾ ਕਾਈ ਪਾਊਡਰ ਤੁਸੀਂ ਇਸ ਪਾਊਡਰ ਨੂੰ ਕਿਸ ਤਰ੍ਹਾਂ ਯੂਜ਼ ਕਰਨਾ ਤਰਕੀਬੇ ਇਸਤੇਮਾਲ ਇਹਦੇ ਇਧਰ ਸਾਈਡ ਤੇ ਉਹਨਾਂ ਨੇ ਮੈਂਸ਼ਨ ਕੀਤਾ ਹੋਇਆ ਅਗਰ ਤੁਸੀਂ ਜਸਟ ਪਾਊਡਰ ਨੂੰ ਯੂਜ਼ ਕਰਨਾ ਤੁਸੀਂ ਨੀਮ ਗਰਮ ਪਾਣੀ ਲੈ ਲੈਣਾ ਇਸ ਪਾਊਡਰ ਨੂੰ ਉਹਦੇ ਵਿੱਚ ਤੁਸੀਂ ਹੱਲ ਕਰ ਦੇਣਾ ਕਮਜ਼ਾ ਕਮ 2 ਘੰਟੇ ਤੱਕ ਤੁਸੀਂ ਇਹਨੂੰ ਹੱਲ ਹੋਇਆ ਰਹਿਣ ਦੇਣਾ 2 ਘੰਟਿਆਂ ਤੋਂ ਬਾਅਦ ਇਹ ਮਹਿੰਦੀ ਦੀ ਸ਼ਕਲ ਤਿਆਰ ਕਰ ਜਾਏਗਾ ਫੌਰਨ ਨਹੀਂ ਜਿਸ ਟਾਈਮ ਤੁਸੀਂ ਇਸ ਪਾਊਡਰ ਨੂੰ ਹੱਲ ਕਰੋਗੇ 2 ਘੰਟੇ ਬਾਅਦ ਤੁਸੀਂ ਇਸ ਪਾਊਡਰ ਨੂੰ ਯੂਜ਼ ਕਰ ਲੈਣਾ ਇਸ ਪਾਊਡਰ ਦੇ 2 ਤੋਂ 3 ਦਫਾ ਯੂਜ਼ ਨਾਲ ਵਾਈਟ ਹੈਅ ਚਿੱਟੇ ਹੈਅ ਕਾਲੇ ਸਿਆਹ ਚਮਕਦਾਰ ਹੋ ਜਾਣਗੇ હેર دی ਲੈਂਥ ਚ ਇਜ਼ਾਫਾ ਹੋਏਗਾ ਤੁਹਾਡੇ ਹੇਅਰ ਨੂੰ ਨਰਮੋ ਨਾਜ਼ਕ ਸਿਲਕੀ ਕਰ ਦੇਗਾ ਖਾਸ ਤੌਰ ਤੇ ਲੇਡੀਜ਼ ਵਾਸਤੇ ਬੜੀ ਆਊਟ ਕਲਾਸ ਚੀਜ਼ ਆ ਇਹ ਹੇਅਰ ਨੂੰ ਜੜਾਂ ਤੋਂ ਮਜ਼ਬੂਤ ਕਰਦਾ ਹੇਅਰ ਦੀ ਲੈਂਥ ਚ ਇਜ਼ਾਫਾ ਕਰਦਾ ਹੇਅਰ ਦੀ ਸ਼ਾਈਨਿੰਗ ਚ ਇਜ਼ਾਫਾ ਕਰਦਾ ਵਾਈਟ ਹੇਅਰ ਨੂੰ ਬਲੈਕ ਕਰਦਾ ਇਸ ਪਾਊਡਰ ਦਾ ਤਰਕੀਬ ਇਸਤੇਮਾਲ ਐਸਾਈਡ ਤੇ ਮੈਂਸ਼ਨ ਕੀਤਾ ਗਿਆ ਇਸ ਪਾਊਡਰ ਨੂੰ ਇਸਤੇਮਾਲ ਕਰਨ ਦੇ ਕੀ ਫਾਇਦਾ ਦੂਸਰੀ ਸਾਈਡ ਤੇ ਮੁਕੰਮਲ ਤੌਰ ਤੇ ਮੈਂਸ਼ਨ ਕੀਤਾ ਹੋਇਆ ਆਮਲਾ ਰੀਤਾ ਸੀਕਾ ਗਾਈ ਆਇਲ ਵੀ ਆ ਉਹ ਵੀ ਬੜੀ ਆਊਟ ਕਲਾਸ ਚੀਜ਼ ਆ ਅਗਰ ਕਿ ਸਿਸਟਰ ਭਾਈ ਨਾਲ हेयर ਦੇ ਜ਼ਿਆਦਾ ਮਸਾਇਲ ਆ ਤੁਸੀਂ ਇਸ ਪਾਊਡਰ ਨੂੰ ਵੀ ਯੂਜ਼ ਕਰੋ ਡੇਲੀ بیس ਤੇ ਤੁਸੀਂ ਆਇਲ ਦਾ ਯੂਜ਼ ਵੀ ਇਸ ਪਾਊਡਰ ਦੇ ਨਾਲ ਜ਼ਰੂਰ ਕਰੋ ਇਨਸ਼ਾਅੱਲਾ ਚੰਨ ਦਿਨ ਇਸਤੇਮਾਲ ਨਾਲ ਤੁਹਾਨੂੰ ਬੜਾ ਹੈਵੀ ਕਿਸਮ ਦਾ ਰਿਜ਼ਲਟ ਮਿਲੇਗਾ ਅਨਬਾਕਸ ਕਰਕੇ ਓਪਨ ਕਰਕੇ ਤੁਹਾਨੂੰ ਚੈੱਕ ਕਰਵਾ ਦਿੰਨੇ ਆਮਲਾ ਰੀਠਾ ਸੀਕਾ ਗਾਈ ਪਾਊਡਰ ਇਸ ਪੈਕਿੰਗ ਵਿੱਚ ਤੁਹਾਨੂੰ ਮਿਲ ਜੇਗਾ 60 ਗ੍ਰਾਮ ਦੀ ਪੈਕਿੰਗ ਹੈ ਲਰਾਇਬ ਕੰਪਨੀ ਦਾ ਬੜੀ ਆਊਟ ਕਲਾਸ ਚੀਜ਼ ਆ ਇਸ ਪਾਊਡਰ ਦੇ ਇਸਤੇਮਾਲ ਨਾਲ ਤੁਸੀਂ ਆਪਣੇ ਵਾਈਟ ਕਲਰ ਨੂੰ ਸਿਆਹ ਕਰ ਸਕਦੇ ਹੋ ਆਪਣੇ హెయిਰ ਦੀ ਲੈਂਥ 'ਚ ਇਜ਼ਾਫਾ ਕਰ ਸਕਦੇ ਹੋ హెయిਰ ਦੀ ਸ਼ਾਈਨਿੰਗ 'ਚ ਇਜ਼ਾਫਾ ਕਰ ਸਕਦੇ ਹੋ ਇਹ ਤੁਹਾਡੇ హెయిਰ ਨੂੰ ਜੜ ਤੋਂ ਮਜ਼ਬੂਤ ਕਰੇਗਾ ਤੁਸੀਂ ਇਸ ਪਾਊਡਰ ਨੂੰ ਜਸਟ ਇਸ ਪਾਊਡਰ ਨੂੰ ਵੀ ਯੂਜ਼ ਕਰ ਸਕਦੇ ਹੋ ਇਸ ਪਾਊਡਰ ਨੂੰ ਤੁਸੀਂ ਮਹਿੰਦੀ ਵਿੱਚ ਕਿਸੇ ਵੀ ਮਹਿੰਦੀ ਵਿੱਚ ਤੁਸੀਂ ਜਿਸ ਤਰ੍ਹਾਂ ਕੈਕਸ਼ਾ ਮਹਿੰਦੀ ਆ ਜਾਂ ਤੁਸੀਂ ਨੇਚਰਲ ਮਹਿੰਦੀ ਵਿੱਚ ਵੀ ਇਸ ਪਾਊਡਰ ਨੂੰ मिक्स ਕਰਕੇ ਯੂਜ਼ ਕਰ ਸਕਦੇ ਹੋ ਲੇਕਿਨ ਇਹਨੂੰ ਯੂਜ਼ ਕਰਨ ਦਾ ਤਰੀਕਾ ਘਰੇ ਆ ਕਿ ਆਪਣੇ హెయిਰ ਨੂੰ ਅੱਛੇ ਸ਼ੈਂਪੂ ਜਾਂ 600ਪਨਲ ਵਾਸ਼ ਕਰੋ ਤਾਂ ਕਿ ਤੁਹਾਡੇ హెయిਰ ਵਿੱਚ ਜਿੰਨੀ ਡਸਟ ਗੰਦਗੀ ਜਾਂ హెయిਰ ਨੂੰ ਆਇਲ ਲੱਗਾ ਹੋਇਆ ਅੱਛੀ ਤਰ੍ਹਾਂ ਰਿਮੂਵ ਹੋ ਜਾਵੇ హెయిਰ ਨੂੰ ਖੁਸ਼ ਕਰਕੇ ਪਾਊਡਰ ਨੂੰ ਅੱਛੀ ਤਰ੍ਹਾਂ ਲਗਾ ਲਓ ਜਿਸ ਤਰ੍ਹਾਂ ਤੁਸੀਂ హెయిਰ ਕਲਰ ਜਾਂ ਮਹਿੰਦੀ ਯੂਜ਼ ਕਰਦੇ ਹੋ 2 ਤੋਂ 3 ਘੰਟੇ ਤੱਕ ਆਪਣੇ హెయిਰ ਤੇ ਲੱਗਾ ਰਹਿਣ ਦਿਓ ਫਿਰ ਤੁਸੀਂ ਆਪਣੇ హెయిਰ ਨੂੰ ਵਾਸ਼ ਕਰ ਦੋ ਇਨਸ਼ਾਅੱਲਾ ਬੜਾ ਹੈਵੀ ਕਿਸਮ ਦਾ ਰਿਜ਼ਲਟ ਆਏਗਾ ਚੰਨ ਦਫਾ ਇਸਤੇਮਾਲ ਨਾਲ ਤੁਹਾਡੇ ਸਿਆਹ ਤੋਂ ਤੁਹਾਡੇ ਵਾਈਟ ਤੋਂ ਵਾਈਟ హెయిਰ ਸਿਆਹ ਹੋ ਜਾਣਗੇ ਤੁਹਾਡੇ ਜਿਹੜੇ ਡਰਫ ਹੈ ਉਹਨਾਂ ਨੂੰ ਜੜ ਤੋਂ ਮਜ਼ਬੂਤ ਕਰ ਦੇਗਾ ਤੁਹਾਡੇ ਹੇਅਰ ਦੀ ਲੈਂਥ 'ਚ ਵਾਧਾ ਹੋ ਜਾਏਗਾ ਫਿਰ ਤੁਹਾਡੇ ਨੂੰ ਲੰਬੇ ਘਨੇ ਸਿਆਹ ਔਰ ਚਮਕਦਾਰ ਕਰ ਦੇਗਾ ਬੜੀ ਆਊਟ ਕਲਾਸ ਚੀਜ਼ ਅਲਰਾਹਿਬ ਕੰਪਨੀ ਦਾ ਆਮਲਾ ਰੀਠਾ ਸੀਕਾ ਗਾਈ ਪਾਊਡਰ ਇਸ ਪੈਕਿੰਗ ਵਿੱਚ ਕਿਸੇ ਵੀ ਅੱਛੇ ਕਾਸਮੈਟਿਕ ਸ਼ਾਪ ਤੋਂ 200 ਰੁਪਏ ਦਾ ਆਸਾਨੀ ਨਾਲ ਤੁਹਾਨੂੰ ਮਿਲ ਜਾਏਗਾ 60 ਗ੍ਰਾਮ ਦੀ ਪੈਕਿੰਗ 200 ਰੁਪਏ ਦੀ ਕਿਸੇ ਵੀ ਅੱਛੇ ਕਾਸਮੈਟਿਕ ਸ਼ਾਪ ਤੋਂ ਆਸਾਨੀ ਨਾਲ ਤੁਹਾਨੂੰ ਮਿਲ ਜਾਏਗੀ ਲੇਡੀਜ਼ ਜੈਂਟਸ ਦੋਨਾਂ ਵਾਸਤੇ ਇੱਕ ਸਮ ਮਫੀਦ ਹੈ ਗਾਇਜ਼ ਮੈਂ ਉਮੀਦ ਕਰਦਾ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗੀ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਮਿਲਦੇ ਹਾਂ ਉਸ ਤੋਂ ਨੈਕਸਟ ਵੀਡੀਓ ਵਿੱਚ ਆਪਣਾ ਖਿਆਲ ਰੱਖिएगा ਅਲਾ ਫੇਜ਼